ਬਿਆਸ ਜਾਣ ਵਾਲੀ ਸਾਧ ਸੰਗਤ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਕਿ ਉੱਥੋਂ ਦੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੀ ਤਬੀਅਤ ਖਰਾਬ ਹੋਣ ਕਾਰਨ ਜਿਹੜੇ ਸਾਧ ਸੰਗਤ ਬਾਬਾ ਜੀ ਨੇ ਨਵੰਬਰ ਤੱਕ ਬੰਦ ਕੀਤੇ ਸੀ ਉਹ ਹੁਣ ਚਾਲੂ ਕੀਤੇ ਗਏ ਨੇ। ਬਾਬਾ ਜੀ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਵਿੱਚ ਲਿਖਿਆ ਹੈ ਉਹਨਾਂ ਨੇ ਕਿ 24 ਸਤੰਬਰ ਤੋਂ ਲੈ ਕੇ 31 ਅਕਤੂਬਰ ਤੱਕ ਜਿਹੜੇ ਸੰਗਤ ਸਾਧ ਸੰਗਤ ਲੱਗਿਆ ਕਰਨਗੇ, ਬਾਬਾ ਜੀ ਵੱਲੋਂ ਦਰਸ਼ਨ ਜਿਹੜੇ ਸਾਧ ਸੰਗਤ ਨੂੰ ਦਿੱਤੇ ਜਾਣਗੇ। ਬਾਬਾ ਜੀ ਦੀ ਸਿੰਗਾਪੁਰ ਤਬੀਅਤ ਖਰਾਬ ਹੋਣ ਕਾਰਨ ਇਲਾਜ ਚੱਲ ਰਿਹਾ ਸੀ, ਉਹਨਾਂ ਦਾ ਸਿੰਗਾਪੁਰ ਇਲਾਜ ਚੱਲਣ ਤੋਂ ਬਾਅਦ ਉਹਨਾਂ ਦੀ ਤਬੀਅਤ ਬਿਲਕੁਲ ਠੀਕ ਠਾਕ ਹੈ। ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਉਹਨਾਂ ਨੇ ਜਿਹੜੇ ਸੰਗਤ ਬੰਦ ਕੀਤੇ ਸੀ ਉਹ ਨਵੰਬਰ ਤੋਂ ਚਾਲੂ ਕੀਤੇ ਜਾਣਗੇ। ਸੋਮਵਾਰ ਤੋਂ ਬਾਬਾ ਜੀ ਬਿਆਸ ਆ ਚੁੱਕੇ ਨੇ। ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਸਾਹਮਣੇ ਆਈ ਆ ਕਿ ਹਰ ਐਤਵਾਰ ਨੂੰ ਬਾਬਾ ਜੀ ਦੇ ਜਿਹੜੇ ਕੁਐਸਚਨ ਆਂਸਰ ਨੇ ਉਹ ਵੀ ਬਾਬਾ ਜੀ ਵੱਲੋਂ ਜਾਰੀ ਕੀਤੇ ਗਏ ਨੇ। ਸਤਸੰਗ ਜੀ ਨਾਲ ਜਿਹੜੇ ਕੁਐਸਚਨ ਆਂਸਰ ਬਾਬਾ ਜੀ ਕਰਦੇ ਨੇ ਉਹ ਵੀ ਕਰਿਆ ਕਰਨਗੇ ਤੇ ਸੰਗਤ ਨੂੰ ਬਾਬਾ ਜੀ ਹਰ ਸ਼ਨੀਵਾਰ ਸੰਗਤ ਕਰਨ ਦੇ ਬਾਵਜੂਦ ਉਹਨਾਂ ਨੂੰ ਜਿਹੜੇ ਦਰਸ਼ਨ ਦਿਆ ਕਰਨਗੇ। ਤੁਹਾਡੇ ਲਈ ਬਹੁਤ ਵੱਡੀ ਖੁਸ਼ਖਬਰੀ ਸਾਹਮਣੇ ਆਈ ਆ, ਬਾਬਾ ਜੀ ਨੂੰ ਚਾਹੁਣ ਵਾਲੀ ਸਾਧ ਸੰਗਤ ਲਈ ਬਹੁਤ ਵੱਡੀ ਖੁਸ਼ਖਬਰੀ ਸਾਹਮਣੇ ਆਈ ਆ ਕਿ ਉਹ ਬਾਬਾ ਜੀ ਬਿਆਸ ਵਾਪਸ ਆ ਚੁੱਕੇ ਨੇ। ਤਦ ਤੱਕ ਤੁਸੀਂ ਦੇਖਦੇ ਰਹੋ LBS ਨਿਊਜ਼ TV।